ਆਰਫ ਪੇਸ਼ ਹੋਣਾ ਲਾ ਜੇ ਇਹ ਬਿਆਨ ਦੇਗਾ ਕਿ ਪੇਸ਼ ਹੋ ਕੇ ਕਿ ਭਾਜੀ ਮੇਰਾ ਤਾਂ ਜ਼ਾਤੀ ਵੈਰ ਸੀ ਮੈਂ ਤੇ ਬਲਾਜ ਜੇਲ੍ਹ 'ਚ ਇਕੱਠੇ ਰਹੇ ਹਰਮ ਇਜਾਜ਼ਤ ਨੂੰ ਕਿਸੇ ਨੇ ਮਨਾਣ ਦੀ ਕੋਸ਼ਿਸ਼ ਕੀਤੀ ਕਿ ਤੀਫੀ ਬੜ ਤੇਰੇ ਨਾਲ ਸੀ ਐਸਨ ਸ਼ਾਹ ਦਾ ਬਿਆਨ ਸੀ ਨਾ ਮੈਂ ਤੀਫੀ ਤੋਂ ਪੈਸੇ ਲੈ ਹੁਣ ਐਸਨ ਸ਼ਾਹ ਨੂੰ ਕੋਰਟ ਕਹਿੰਦੀ ਲਿਆਓ ਤੇ ਕਿੱਥੋਂ ਲਿਆਓਗੇ ਇਹ ਜਿੰਨੇ ਲਾਹੌਰ ਦੇ ਵੱਡੇ ਵੱਡੇ ਮਨਸ਼ੀਅਤ ਫਰੋਸ਼ ਨੇ ਕਿਸੇ ਦਾ ਦੀਵਾ ਬਲਦਾ ਵੇਖਿਆ ਕਦੀ ਕਿਸੇ ਡਾਕੂ ਦਾ ਪਲਾਜ਼ਾ ਦੇਖਿਆ ਜਦੋਂ ਸੁਣੋਗੇ ਇੱਥੇ ਛੋਲੇ ਵੇਚਦਾ ਸੀ ਇਹਦਾ ਅੱਡਾ ਵੱਡਾ ਹੋਟਲ ਹੈ ਇੱਥੇ ਰੇੜੀ ਲਾਂਦਾ ਸੀ ਇਹਦਾ ਪਲਾਜ਼ਾ ਕਦੀ ਕਿਸੇ ਡਾਕੂ ਦਾ ਪਲਾਜ਼ ਤੇ ਜਿਹੜੀ ਦੋ ਦਫਾ ਪਹਿਲੇ ਇਹਨਾਂ ਦੇ ਸੂਲਾ ਹੋਣ ਲੱਗੀ ਸੀ ਲੋਕਾਂ ਦੇ ਮੁਫਾਦ ਨੇ ਐਸਨ ਸ਼ਾ ਵਰਗੇ ਦੀ ਦਿਹਾੜੀ ਕਿੱਥੋਂ ਲੱਗਦੀ ਹੋਰ ਦੁਨੀਆ ਦੀਆਂ ਦਿਹਾੜੀਆਂ ਕਿੱਥੋਂ ਲੱਗਦੀ ਆ ਤੁਹਾਡੀ ਤੇ ਮੇਰੀ ਲੜਾਈਏ ਤੇ ਭਾਈ ਹੋਰਾਂ ਦਾ ਅਸਲਾ ਕਿੱਥੋਂ ਵਿਕੇਗਾ ਗੋਗੀ ਬਾੜ ਤੇ ਤੀਫੀ ਬਾੜ ਤੇ ਆਪ ਵਿਚ ਕਿੰਨੀ ਕੁ ਮੁਹੱਬਤ ਹੈ ਕਿੰਨਾ ਕੁ ਤਾਲੁਕ ਹੈ ਜੀ ਤੋਂ ਜ਼ਿਆਦਾ ਕੀ ਮੁਹੱਬਤ ਹੋਵੇ ਹਰ ਪਰਚੇ 'ਚ ਗੋਗੀ ਤੀਫੀ ਦਾ ਕੱਟਾ ਹੀ ਨਾ ਹੁੰਦਾ ਜੇ ਗੋਗੀ ਬੜੇ ਗ੍ਰਿਫਤਾਰ ਹੋ ਗਿਆ ਨਹੀਂ ਥੈਂਟਿਕ ਰਿਪੋਰਟ ਹੈ ਜੀ 1000% عارف ਜ਼ਿੰਦਾ عارف ਤੇ ਪਾਕਿਸਤਾਨ 'ਚ ਆਰਫ ਪੇਸ਼ ਹੋਣਾ ਲਾ ਜੇ ਇਹਦਾ ਮਤਲਬ ਹੈ ਉਹ ਇਹ ਬਿਆਨ ਦੇਗਾ ਕਿ ਪੇਸ਼ ਹੋ ਕੇ ਕਿ ਭਾਜੀ ਮੇਰਾ ਤਾਂ ਜ਼ਾਤੀ ਵੈਰ ਸੀ ਮੈਂ ਤੇ ਬਲਾਜ ਜੇਲ੍ਹ 'ਚ ਇਕੱਠੇ ਰਹੇ ਆ ਜਦੋਂ ਬਲਾਜ ਜੇਲ੍ਹ ਗਿਆ ਨਾ ਤੀਫੀ ਬੜਦੇ ਤੇ ਗੋਗੀ ਬੜਦੇ ਘਰ ਫੈਰਿੰਗ ਕਰਕੇ ਤੋਂ ਨੇ ਕਹਿੰਦਾ ਅਸੀਂ ਜੇਲ੍ਹ ਸਾਹਿਬ ਮੈਨੂੰ ਤਕਲੀਫ ਹੋਈ ਮੈਂ ਮਾਰਦਾ ਖੁਰਮ ਇਜਾਜ਼ਤ ਨੂੰ ਕਿਸੇ ਨੇ ਮਨਾਣ ਦੀ ਕੋਸ਼ਿਸ਼ ਕੀਤੀ ਕਿ ਤੀਫੀ ਬੜ ਤੇਰੇ ਨਾਲ ਸੀ ਇਹ ਤੁਸੀਂ ਬੜੀ ਅਜੀਬ ਗੱਲ ਦਾ ਅਸਰ ਹੈ ਅਜੀਬ ਕਿਹੜੀ ਗੱਲ ਹੈ ਮਾਜ਼ੀ ਖੋਲ ਲਵੋ ਅਰਫ ਬੱਟ ਅਨੀਫੇ ਉਹਨਾਂ ਜਦੋਂ ਫੜੇ ਗਏ ਨੇ ਉਹਨਾਂ ਨੇ ਕਹਿਆ ਸੀ ਤੀਫੀ ਬੜਦੇ ਕਹਿਣ ਤੇ ਮਾਰਿਆ ਉਹਨਾਂ ਨੇ ਕਿਹਾ ਜੀ ਇਹਨਾਂ ਨੇ ਇੰਨੇ ਸਾਡੀਆਂ ਬੁੱਡੀਆਂ ਚੁਕਾਈਆਂ ਸਨ ਤੇ ਬੁੱਡੀਆਂ ਹੋ ਸਕਦਾ ਹੈ ਬਿੱਲੇ ਨੇ ਨਾ ਚੁਕਾਈਆਂ ਕਿਸੇ ਹੋਰ ਨੇ ਆਗ ਤੇ ਪੈਟਰੋਲ ਪਾਣ ਲਿਓ ਉਹਦਾ ਦੇ ਘਰ ਰੇਡ ਕਰਾ ਕੇ ਮੇਰਾ ਤੁਹਾਡਾ ਤਲਕ ਨਹੀਂ ਹੋ ਸਕਦਾ ਕਿਸੇ ਥਾਣੇਦਾਰ ਨਾਲ ਐਸ ਐਚਓ ਕੋਈ ਗਿਲਗਿਤ ਬਲਤੀਸਤਾਨ ਤੋਂ ਆ ਕੇ ਲੱਗਦੇ ਨੇ ਉੱਤੇ ਹਮ ਐਸੇ ਲਾਹੜਦੇ ਹੀ ਲੱਗਦੇ ਨੇ ਨਾ ਚ ਇਹਦਾ ਮਤਲਬ ਕਿ ਆਰਫ ਬੱਟ ਪੇਚ ਹੋਣਾ ਲੈ ਤੇ ਉਹਨੇ ਬਿਆਨ ਵੀ ਇਹ ਦੇਣਾ ਕਿ ਬਈ ਮੇਰੀ ਜ਼ਾਤੀ ਦੁਸ਼ਮਣੀ ਸੀ ਮੈਂ ਬਲਾਜਨ ਅਜੀਲ ਚ ਰਹਿੰਦਾ ਸੀ ਹਾਂ ਤੇ ਦੇਗਾ ਵੀ 164 ਦੇ ਜਿਹ ਮਜੈਸਟ੍ਰੇਟ ਦੇ ਸਾਹਮਣੇ ਜਿਹੜਾ ਉਹਨੂੰ ਕੋਈ ਮਾਰ ਵੀ ਦਵੇ ਤਾਂ ਮੁਕਰ ਨਾ ਸਕੇ ਬਾਅਦ ਚ ਜਿਵੇਂ ਇਹ ਐਸਨ ਸ਼ਾਹ ਦਾ ਬਿਆਨ ਸੀ ਨਾ ਮੈਂ ਤੀਫੀ ਤੋਂ ਪੈਸੇ ਲੈ ਹੁਣ ਐਸਨ ਸ਼ਾਹ ਨੂੰ ਕੋਰਟ ਕਹਿੰਦੀ ਲਿਆਓ ਤੇ ਕਿੱਥੋਂ ਲਿਆਓਗੇ ਉਹਦੇ ਵੀਡੀਓ ਬਿਆਨ ਦੀ ਜਾਂ ਉਹਨੇ ਜਿਹੜਾ ਜ਼ਮਨੀਆ ਚ ਲਿਖਿਆ ਉਹਦੀ ਕੋਈ ਹੈ ਵੈਲਿਊ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਵਕਤ ਆਰਫ ਦਾ ਵੀ ਇਨਕਾਊਂਟਰ ਹੋ ਜਾਏਗਾ ਜਾਂ ਸ਼ੂਟਰਾਂ ਦਾ ਹੋ ਜਾਏਗਾ ਅਜਰ ਜਿਹੜਾ ਨਾ ਐਡਾ ਫੜਿਆ ਗਿਆ ਇਹ ਕੋ 18 ਸਾਲ ਦਾ ਮੁੰਡਾ ਨਹੀਂ ਹੈ ਐਜਟ ਹੈਗਾ ਐਜਟ ਆਦਮੀ ਹੈ ਬਜ਼ੁਰਗ ਸ਼ੂਟਰ ਦਾ ਨਮੂਨਾ ਦਿੱਤਾ ਹੋਇਆ ਇਹ ਆਪਣੀ ਗੁਰਬਤ ਦੀ ਵੇਤੋ ਵਿਚਾਰੇ ਨੇ ਆਪਣਾ ਈਮਾਨ ਵੇਚਿਆ ਹੂੰ ਠੀਕ ਹੈ ਇਹਨੂੰ ਕਿਸੇ ਨੇ 10000 ਇਕੱਠਾ ਉਧਾਰਾ ਨਹੀਂ ਦਿੱਤਾ ਇਹਦੇ 10000 ਰੁਪਏ ਇਹਦੇ ਕਮਰੇ ਦਾ ਕਿਰਾਇਆ ਨਹੀਂ ਤੇ ਸਲੀਮ ਦਰਜੀ ਕੋਲ ਤਸਦੀਕ ਕਰ ਲਵੋ ਠੀਕ ਹੈ ਕਿੰਨਾ ਕਿਰਾਇਆ 10000 ਮਹੀਨੇ ਦਾ ਸਣੇ ਬੱਤੀ ਉਹਦੇ ਅੰਦਰ ਕਿੰਨਾ ਦਾ ਵੱਡਾ ਘਰ ਹੋਏਗਾ ਅੱਛਾ ਮੈਂ ਇਹ ਜਦੋਂ ਦਾ ਇਸ ਕੇਸ ਤੇ ਕੰਮ ਕਰਨ ਲੱਗਾ ਮੈਂ ਇਹ ਨਹੀਂ ਵੇਖਿਆ ਕਿ ਦੋਵਾਂ ਖਾਨਦਾਨ ਆਪਸ ਵਿੱਚ ਇੱਕ ਦੂਸਰੇ ਦੇ ਸਾਹਮਣੇ ਲੜੇ ਹੋਣ ਇਹ ਸ਼ੂਟਰ ਖਤਮ ਕਰ ਦਿਓ ਠੀਕ ਹੈ ਇਹਨਾਂ ਦੋਵਾਂ ਨੂੰ ਇੱਕ ਕਮਰੇ 'ਚ ਬੰਦ ਕਰ ਦਿਓ ਕਿਸੇ ਨੂੰ ਚੰਡ ਵੀ ਮਾਰਨਗੇ ਤੇ ਮੈਨੂੰ ਫੜ ਲੈਣਾ ਇਹ ਤਾਂ ਲੋਕਾਂ ਦੇ ਬਾਲ ਮਰਦੇ ਪਏ ਨੇ ਮੈਂ ਤੁਹਾਨੂੰ ਦੱਸਿਆ ਇਹ ਜੁਮਲਾ ਯਾਦ ਰੱਖਣਾ ਮੱਜਾਂ ਦੀ ਲੜਾਈ 'ਚ ਨੁਕਸਾਨ ਪੱਠਿਆਂ ਦਾ ਸ਼ੂਟਰ ਖਤਮ ਹੋ ਜਾਂਦੇ ਸਮਝਣ ਦੀ ਦੁਸ਼ਮਣੀ ਖਤਮ ਹੋ ਗਈ ਤੇ ਮੈਂ ਹੁਣੇ ਸ਼ੂਟਰ ਮੈਨੂੰ ਡੀਏਜੀ ਲਾਹੌਰ ਸਾਹਿਬ ਮੈਨੂੰ مشورہ ਲੈਣ ਮੈਂ ਤਰੀਕਾ ਦੱਸਣਾ ਜੇ ਲਾਹੌਰ ਚ ਸ਼ੂਟਰ ਨਾ ਮੁੱਕੇ ڈاکੂ ਨਾ ਮੁੱਕੇ ਤੇ ਮੇਰਾ ਨਾਂ ਬਦਲ ਦਿਓ ਹੂੰ ਤੁਸੀਂ ਪੁੱਛਣਾ ਤੁਹਾਨੂੰ ਵੀ ਦੱਸ ਦਿਆਂਗਾ ਦੱਸ ਦਿਓ ਅਗਰ ਬੇ ਸਾਹਮਣੇ ਦੇਖ ਹੀ ਰਹੇ ਨੇ ਕਿ ਅਜੀਤ ਸਾਹਿਬ ਵੀ ਵੀਡੀਓ ਦੇਖ ਰਹੇ ਹੋਣਗੇ ਠੀਕ ਹੈ ਦੇਖ ਰਹੇ ਹੋਣਗੇ ਉਹਨਾਂ ਕੋਲ ਅੱਡਾ ਟਾਈਮ ਨਹੀਂ ਕਿ ਵੀਡੀਓ ਫਰਕਾਨ ਸ਼ਾਹ ਬੋਲ ਰਿਹਾ ਚਾਹੇ ਜੀ ਸਾਹਿਬ ਜਾਂ ਡੀਏ ਜੀ ਦੇਖਣ ਸਾਡੀ ਤੇ ਸਪਾਈ ਕੋਈ ਨਾ ਵੇਖੇ ਮਸਰੂਫੀਅਤ ਬੜੀ ਐ ਕ੍ਰਾਈਮ ਬੜਾ ਹੋ ਰਿਹਾ ਨਾ ਰਿਪੋਰਟ ਪਹੁੰਚ ਜਾਏ ਤੁਸੀਂ ਸਿਰਫ ਜੂਆ ਬੰਦ ਕਰਾ ਦਿਓ ਠੀਕ ਐ ਹੂੰ ਇਹ ਹੁਣ ਉਹ ਵਾਲੇ ਸ਼ੂਟਰ ਨਹੀਂ ਹੈਗੇ ਕਿ ਜਿਹੜੇ ਅੰਮੀ ਬਿਮਾਰ ਹੈ ਜਾਂ ਅੱਬੂ ਬਿਮਾਰ ਹੈ ਤੇ ਹਸਪਤਾਲ ਉਹਦਾ ਆਪਰੇਸ਼ਨ ਕਰਾਨਾ ਪਿੱਤੇ ਦਾ ਤੇ ਉਹਦੇ ਲਈ 10 ਲੱਖ ਰੁਪਏ ਚਾਹੀਦਾ ਹਾਂ ਇਹ ਤੇ ਤਮਾਸ਼ੀਬੀਨੀ ਲਈ ਜੂਆ ਖੇਡਣ ਲਈ ਜਿੰਨੇ ਅਜੇ ਤੱਕ ਸ਼ੂਟਰ ਤੇ ਡਾਕੂ ਫੜੇਗੇ ਨੇ ਉਹਨਾਂ ਦੇ ਬਾਅਦ ਜਦੋਂ ਰਿਕਵਰੀ ਕਰਦੀ ਪੁਲਿਸ ਕਿੱਥੋਂ ਕਰਦੀ ਏ ਗੈਸਟ ਹਾਊਸਾਂ ਤੋਂ ਕਬਾ ਖਾਨਿਆਂ ਤੋਂ ਜੂਏ ਖਾਨਿਆਂ ਤੋਂ ਮਨਸ਼ੀਅਤ ਫਰੋਸ਼ਾਂ ਤੋਂ ਇਹ ਤਿੰਨ ਚੀਜ਼ਾਂ ਬੰਦ ਕਰਾਓ ਖਾ ਮੈਂ ਵੇਖਣਾ ਕਿਵੇਂ ਜੁਰਮ ਹੁੰਦਾ ਯਾਰ ਮੈਨੂੰ ਬਾਅਦ ਚ ਅੰਦਰ ਪਰਚਾ ਦੇ ਦੇਣਾ ਜੇ ਫੇਰ ਵੀ ਹੋਵੇ ਤੇ ਇਹਦੇ ਲਈ ਡੀਏਜੀ ਆਪਰੇਸ਼ਨ ਨੇ ਕੰਮ ਕਰਨਾ ਹੈ ਕਿਉਂਕਿ ਜੂਆ ਤੁਸੀਂ ਮੇਰੇ ਨਾਲ ਜਿਵੇਂ ਜਿਵੇਂ ਦੀ ਮਰਜ਼ੀ ਭਵੇਂ ਸ਼ਰਤ ਲਾ ਲਓ ਯਾਰ ਅਸੀਂ ਭਰਾਵਾਂ ਆਪਸ ਵਿੱਚ ਲਾ ਸਕਦੇ ਆ ਨਾ ਤੁਸੀਂ ਸ਼ਰਤ ਲਾ ਲਓ ਐਸਐਚਓ ਕਹਵੇ ਮੇਰੇ ਇਲਾਕੇ 'ਚ ਜੂਆ ਨਹੀਂ ਹੋਏਗਾ ਹਾਲਾਂਕਿ ਹੁਣ ਤੁਸੀਂ ਕਹੋਗੇ ਕਿ ਵੇਖੋ ਨਾ ਇਹ ਮੋਬਾਈਲ 'ਚ ਉਹ ਗੈਜਟ ਹੈ ਤੇ ਇਹਦੇ 'ਚ ਬੁੱਕ ਹੁੰਦੀ ਹੈ ਬੁੱਕੀ ਇਹ ਕਿ ਲਾਈਨ ਦਿੰਦੇ ਨੇ ਐਸਐਚਓ ਚਾਵੇ ਤੇ ਜੇ ਮੋਬਾਈਲ 'ਚ ਜੂਆ ਹੋ ਜਾਏ ਭਵੇਂ ਦੁਬਈ ਉਹਦਾ ਹੈੱਡਕੁਆਟਰ ਹੈ ਦਹਾਉ ਕਿਵੇਂ ਹੁੰਦਾ ਜੇ ਕੀ ਕਰਦੇ ਪਏ ਹੋ ਸਾਰਾ ਕੁਝ ਮਰਜ਼ੀ ਨਾਲ ਹੋ ਰਿਹਾ ਜੇ ਉਹ ਡੀਏਜੀ ਵਿਚਾਰੇ 2 4 6 ਮਹੀਨੇ ਲਈ ਸਾਲ ਲਈ ਆਂਦੇ ਨੇ ਥੱਲੇ ਉਹਨਾਂ ਨੂੰ ਸਭ ਬੱਚਾ ਦੀ ਰਿਪੋਰਟ ਦੇ ਕੇ ਅੰਨੀਆਂ 12 ਉਹ ਆ ਜਿਹੜੇ ਨੀ ਅਗੇ ਵਿਚਾਰੇ ਮਜ਼ਦੂਰ ਤੇ ਦਾਤਾ ਸਾਹਿਬ ਦੇ ਬਾਰੇ ਨਸ਼ਈ ਭੜ ਕੇ ਉਹਨਾਂ ਦੇ ਪਰਚੇ ਦੇ ਕੇ 13 ਵੀ ਪੈਂਡ ਦੇ ਨਜਾਇਜ਼ ਅਸਲੇ ਦੇ ਮਨਸ਼ਿਆਦ ਦੇ ਤੇ ਆਪਣਾ ਫਿਗਰ ਪੂਰਾ ਕਰਕੇ ਤੇ ਕੰਮ ਚਲਾ ਰਹੇ ਨੇ ਸਾਰੇ ਬੜੀ ਸਖਤ ਗੱਲਾਂ ਕਰ ਰਹੇ ਹੋ ਤੁਸੀਂ ਸਹੀ ਗੱਲਾਂ ਕਰ ਰਹੇ ਆ ਸਹੀ ਗੱਲ ਚੁਬਦੀ ਏ ਜਿੱਦੀ ਵੀ ਹੋਏਗੀ ਸਮਝ ਗਏ ਹੋ ਐ ਪੁਲਿਸ ਦੇ ਵਿੱਚ ਫਿਗਰ ਵਾਲਾ ਸਿਸਟਮ ਖਤਮ ਕਰੋ ਜਿਹੜੇ ਪੁਲਸ ਆਲਾ ਕਿਸੇ ਦਾ ਨਜਾਇਜ਼ ਪਰਚਾ ਦਿੰਦੇ ਨੇ ਆਪਣੇ ਫਿਗਰ ਪੂਰੇ ਕਰਨ ਲਈ ਠੀਕ ਹੈ ਉਹਦੇ ਤੇ ਦਿਓ ਖਾਂ ਪਰਚਾ ਮੈਂ ਕਹਿੰਦਾ ਐਂਸਰਾ ਤੇ ਮੁਸਤਕਿਲ ਜੈਨਵਨ ਲੋਕ ਫੜੇ ਜਾਣ ਜੈਨਵਨ ਮਨਸ਼ੀਅਤ ਫਰੋਸ਼ਾ ਦੇ ਪਰਚਾ ਹੋਵੇ ਜੈਨਵਨ ਤੁਸੀਂ ਇਹ ਹੁਣੇ ਪਿਸਤੌਲ ਹੈ ਤੁਹਾਡੇ ਕੋਲ ਨਹੀਂ ਭਾਈ ਲਾਇਸੈਂਸੀ ਨਹੀਂ ਭਾਈ ਤੁਸੀਂ ਇਹ ਕੈਮਰੇ ਸ਼ੈਮਰੇ ਤੋਂ ਬਗੈਰ ਨਾਲ ਲਾਇਸੈਂਸੀ ਪਿਸਤੌਲ ਲਾ ਕੇ ਨਿਕਲਣਾ ਰਸਤੇ ਹੀ ਤੁਹਾਨੂੰ ਕੋ ਨਾਕਾ ਰੋਕੇਗਾ ਉਹ ਤੁਹਾਨੂੰ مشورہ ਦੇਗਾ ਭਲਾ ਕੀ ਕੀ ਇਹ ਲਾਇਸੈਂਸ ਵਗੈਰਾ ਜਿਹੜਾ ਮਗਰਾ ਹੈ ਉਹਨੂੰ ਦੇ ਦੇ ਮੈਂ ਤੇਰੇ ਤੇ 13 ਵੀ ਪੈਣ ਦਾ ਪਰਚਾ ਦਿੰਦਾ ਯਾਰ ਮੇਰਾ ਫਿਗਰ ਬਣ ਜਾਏਗਾ ਤੇ ਤੂੰ ਮੇਰਾ ਭਰਾ ਸਵੇਰੇ ਅਦਾਲਤ ਚ ਪੇਸ਼ ਕਰਕੇ ਤੇ ਬੇਲ ਕਰਾ ਲੈ ਐਂਜ ਤੇ ਫਿਗਰ ਪੂਰੇ ਹੋ ਰਹੇ ਨੇ ਇਹ ਹੁਣ ਵਾਰਡਨ ਨੇ ਰੋਡ ਤੇ ਸਫਰ ਕਰਦੇ ਹੋ ਹਾਂਜੀ ਜਿੰਨੇ ਯੂਟਰਨ ਨੇ ਫਿਰੋਜ਼ਪੁਰ ਰੋਡ ਤੇ ਅੱਠ ਅੱਠ ਵਾਰ ਤਾਂ ਇੰਜ ਫੜ ਕੇ ਅੱਗੇ ਆ ਕੇ ਖਲੋਣੇ ਜਿ cụcਕੜੀਆਂ ਫੜ ਰਹੇ ਨੇ ਪਿਛਲੇ ਹਫਤੇ ਚਲਾਨ ਹੋਇਆ ਮੇਰਾ 2000 ਰੁਪਏ ਦਾ ਸੁਣਾਓ ਤੇ ਉਹ ਇੰਜ ਕਰਦੇ ਫਿਰ ਨਾਲੇ ਕੈਮਰੇ ਲੱਗੇ ਨੇ ਉਸੇ ਵਾਇਲੇਸ਼ਨ ਦੀ ਗੱਡੀ 'ਚ ਬੈਲਟ ਨਾ ਲਾਈ ਹੋਵੇ ਤੇ ਪਿੱਛੋਂ ਕੈਮਰਾ ਚਲਾਨ ਕਰ ਦਿੰਦਾ ਅੱਗੇ ਵਾਰਡਨ ਫੜ ਕੇ ਚਲਾਨ ਕਰ ਦਿੰਦਾ ਇਹਨਾਂ ਨੂੰ ਵੀ ਕਹ ਤੂੰ ਚਲੀ ਚਲੀ ਚਲਾਨ ਫੀ ਵਾਰਡਨ ਨੇ ਕਰਕੇ ਦੇਨੇ ਨੇ ਇਹ ਤੇ ਕਮਾਊ ਪੁੱਤਰ ਨੇ ਕਿਹਦੇ ਹਕੂਮਤ ਦੇ ਔਰ ਮੇਰੇ ਨੇ ਮੇਰੇ ਲਈ ਥੋੜੀ ਕਰਦੇ ਨੇ ਤੁਹਾਡੇ ਲਈ ਕਰਦੇ ਨੇ ਨਹੀਂ ਭਾਈ ਤੇ ਮੇਰੇ ਲਈ ਕਰਦੇ ਨੇ ਨਹੀਂ ਭਾਈ ਤੇ ਇਹਨਾਂ ਲਈ ਕਰਦੇ ਨੇ ਹੋਰ ਕੀ ਕਰਦੇ ਪਿਓ ਕੀ ਕਰਦੇ ਪਿਓ ਤੁਸੀਂ ਇਸ ਸਮਾਜ ਦਾ ਹਿੱਸਾ ਨਹੀਂ ਮੇਰੇ ਮੂੰਹ ਜਰੂਰ ਮੇਰੇ ਮਗਰ ਪੁੱਲ ਚਲਵਾਨੀ ਜੇ ਨਹੀਂ ਮੈਂ ਤੇ ਨਹੀਂ ਕਹਿ ਰਿਹਾ ਨਹੀਂ ਨਹੀਂ ਤੇ ਕੀ ਐ ਬਸ ਝੂਠ ਬੋਲ ਰਹੇ ਮੈਨੂੰ ਕਹਿ ਦੇ ਤੂੰ ਝੂਠਾ ਤੇ ਫੇਰ ਭਾਈ ਜੀ ਨਾ ਕਰੋ ਨਾ ਤੁਸੀਂ ਤੁਸੀਂ ਆਪਣੇ ਅਲਫਾਜ਼ ਦੇ ਆਪ ਜ਼ਿੰਮੇਦਾਰ ਹੋ ਮੈਂ ਨਹੀਂ ਦਾਰਾ ਤੁਹਾਨੂੰ ਤੁਹਾਨੂੰ ਵੀ ਨਿਭੜ ਲੈਗਾ ਜਿਹੜੀ ਗੱਲ ਅਸੀਂ ਹੱਕ ਦੀ ਗੱਲ ਕਰਦੇ ਆ ਯਾਰ ਤੇ ਹੁਣ ਸੱਚ ਤੇ ਬੋਲਣ ਦਿਓ ਤੁਸੀਂ ਹੁਣ ਮੇਰੇ ਕੋਲ ਗੱਲ ਸੱਚੀ ਲੈਣ ਆਏ ਹੋ ਕਿ ਝੂਠ ਬੋਲਣ ਆ ਸੱਚੀ ਲੈਣ ਆ ਸੱਚੀ ਐ ਹੋਈ ਨਹੀਂ ਫਿਰ ਬੜੀ ਸਖਤ ਨੇ ਸੱਚੀਆਂ ਜਿਹੜੀਆਂ ਨੇ ਵੀ ਸੱਚ ਤੇ ਹੁੰਦਾ ਹੀ ਕੋੜਾ ਇਹ ਇਕੱਲਾ ਦਾ ਵੀ ਨਿਜ਼ਾਮ ਹੈ ਇਹ ਵੀ ਜ਼ੇਹਨ 'ਚ ਰੱਖਣਾ ਇਹ ਜਿੰਨੇ ਲਾਹੌਰ ਦੇ ਵੱਡੇ ਵੱਡੇ ਮਨਸ਼ੀਅਤ ਫਰੋਸ਼ ਨੇ ਕਿਸੇ ਦਾ ਦੀਵਾ ਬਲਦਾ ਵੇਖਿਆ ਨਹੀਂ ਕਦੀ ਕਿਸੇ ਡਾਕੂ ਦਾ ਪਲਾਜ਼ਾ ਦੇਖਿਆ ਨਹੀਂ ਜਦੋਂ ਸੁਣੋਗੇ ਇੱਥੇ ਛੋਲੇ ਵੇਚਦਾ ਸੀ ਇਹਦਾ ਅੱਡਾ ਵੱਡਾ ਹੋਟਲ ਹੈ ਇੱਥੇ ਰੇੜੀ ਲਾਂਦਾ ਸੀ ਤੇਦਾ ਪਲਾਜ਼ਾ ਹੈ ਕਦੀ ਕਿਸੇ ਡਾਕੂ ਦਾ ਪਲਾਜ਼ਾ ਵੇਖੋਗੇ ਤਾਂ ਮੈਨੂੰ ਦਿਖਾਣਾ ਜ਼ਰੂਰ ਮੇਰੀ ਬੜੀ ਖੁਆਇਸ਼ ਹੈ ਮੈਂ ਵੇਖਾਂ ਆ ਡਾਕੂ ਦਾ ਪਲਾਜ਼ਾ ਤੇ ਨਹੀਂ ਵੇਖਦਾ ਤੇ ਫਿਰ ਇਹਨਾਂ ਨੂੰ ਪੇਗਾਮ ਦਿਓ ਬੱਚਿਆਂ ਨੂੰ ਉਹ ਪੁੱਤਰ ਇਹਦੇ ਨਾਲ ਕੁਛ ਨਹੀਂ ਬੰਨਣਾ ਅੱਲਾਹ ਕੋਲੋਂ ਡਰੋ ਛੋਟਾ ਕੰਮ ਕਰੋ ਦਾਲ ਛੋਲੇ ਲਾ ਲਵੋ ਦਾਲ ਚਾਵਲ ਵੇਚ ਲਵੋ ਤੰਦੂਰ ਤੇ ਨੌਕਰੀ ਕਰ ਲਓ ਕਿਤੇ ਨਾ ਕਿਤੇ ਪਹੁੰਚ ਜਾਓਗੇ ਚੋਰੀ ਡਕੀਤੀ ਤੇ ਸ਼ੂਟਰ ਨਾਲ ਕੋਈ ਨਹੀਂ ਪਹੁੰਚਿਆ ਸਿਰਫ ਤੁਹਾਡਾ ਮਿਆਣੀ ਸਾਹਿਬ ਦਾ ਸਫਰ ਛੇਤੀ ਹੋ ਜਾਏਗਾ ਇੰਨੀ ਦੀ ਗੱਲ ਹੈ ਪਾਣੀ ਸ਼ਾਨੇ ਪੀ ਲੋ ਮੈਂ ਤੁਸੀਂ ਬਣਾ ਨਹੀਂ ਨਹੀਂ ਕਹ ਤੁਸੀਂ ਗੁੱਸਾ ਚੜਾਤਾ ਤੁਸੀਂ ਕਹਿੰਦੇ ਸਾਰਾ ਕੁਝ ਠੀਕ ਹੈ ਸਭ ਅੱਛੇ ਦੀ ਰਿਪੋਰਟ ਤੇ ਦਿੰਦੇ ਨੇ ਜੇਲਾਂ ਦੇ ਵਿੱਚ ਹੀ ਆ ਪੁਲਿਸ ਵਾਲੇ ਦੇਣੀ ਆ ਜਾਂ ਸਰਕਾਰੀ ਮਹਿਜਮੇ ਦੇਣੀ ਮੈਂ ਕਿਉਂ ਸਭ ਅੱਛੇ ਦੀ ਰਿਪੋਰਟ ਦਿਆ ਮੈਂ ਜੋ ਜ਼ਿਆਤੀ ਦੇਖ ਰਹਾ ਤੁਸੀਂ ਹੁਣੇ ਚਲੇ ਜਾਓ ਕੈਂਪ ਜੇਲ ਦੇ ਬਾਹਰ ਕੀ ਟਾਈਮ ਹੋ ਗਿਆ ਸਵਾ ਨੌ ਉੱਥੇ ਜਿਹੜੇ ਅੰਦਰੋਂ ਡਾਕੂ ਨਿਕਲ ਰਹੇ ਨੇ ਉਹ ਨਹੀਂ ਉਹਨਾਂ ਨੇ ਵੇਖਣਾ ਬੇਗਨਾ ਨਿਕਲੇ ਕਿਹੜਾ ਉਹਨੂੰ ਚੁੱਕ ਕੇ ਗੱਡੀ 'ਚ ਪਾ ਰਹੇ ਨੇ ਵੀਡੀਓ ਬਣਾ ਲਓ ਮੇਰੇ ਨਾਲ ਚੱਲੋ ਮੈਂ ਬਣਾ ਦਿੰਨਾ ਤੇ ਉਹਦੇ ਦੇ ਹਫ਼ਤੇ ਬਾਅਦ ਉਹਨਾਂ ਨੇ 15 15 ਡਕੀਤੀ ਤੇ ਮੁਲਕੇ ਕਹਿੰਦਾ ਸਾਰਾ ਵੇਖੋ ਇੰਨੇ ਇੰਨੇ ਡਾਕੂ ਜਿਹੜੇ ਨੇ ਰਿਕਵਰ ਹੋ ਗਏ ਨੇ ਇੰਨੀਆਂ ਵਾਰਦਾਤਾਂ ਟਰੇਸ ਹੋ ਗਈਆਂ ਸਰ ਇੰਜ ਤੇ ਕੰਮ ਚੱਲਦਾ ਪਿਆ ਇੰਜ ਚਲਾਣਾ ਤੁਸੀਂ ਮੁਲਕ ਚਲੋ ਛੱਡ ਦਿਓ ਤੁਸੀਂ ਐਨਾਨ ਨੂੰ ਰਿਲੈਕਸ ਹੋ ਜਾਣਾ ਨਹੀਂ ਨਹੀਂ ਰਿਲੈਕਸ ਮੈਂ ਬਿਲਕੁਲ ਕੰਫਰਟੇਬਲ ਹਾਂ ਅਸੀਂ ਅਮੀਰ ਬਲਾਜ ਤੇ ਉੱਥੇ ਜਿਹੜੀ ਦੋ ਦਫਾ ਪਹਿਲੇ ਇਹਨਾਂ ਦੀ ਸੁਲਾ ਹੋਣ ਲੱਗੀ ਸੀ ਤੁਹਾਨੂੰ ਇਲਮ ਹੋਵੇਗਾ ਕੀ وجہ ਕਿ ਉਹ ਲੋਕਾਂ ਦੇ ਮੁਫਾਦ ਨੇ ਐਸਨ ਸ਼ਾ ਵਰਗੇ ਦੀ ਦਿਹਾੜੀ ਕਿੱਥੋਂ ਲੱਗਦੀ ਹੋਰ ਦੁਨੀਆ ਦੀਆਂ ਦਿਹਾੜੀਆਂ ਕਿੱਥੋਂ ਲੱਗਦੀਆਂ ਇਹਨਾਂ ਦੀ ਸੁਲਾ ਹੋ ਗਈ ਹੂੰ ਤੁਹਾਡੀ ਤੇ ਮੇਰੀ ਲੜਾਈਏ ਤੇ ਭਾਈ ਹੋਰਾਂ ਦਾ ਅਸਲਾ ਕਿੱਥੋਂ ਵਿਕੇਗਾ ਹਾਂ ਇਹ ਸਲਾਹ ਜੂਸੀ ਕਰ ਲੈਣੇ ਆ ਉਹ ਲੋਕਾਂ ਦੀਆਂ ਰੋਟੀਆਂ ਚੱਲਦੀਆਂ ਪਈਆਂ ਨੇ ਮੌਜਾਂ ਲੱਗੀਆਂ ਹੋਈਆਂ ਨੇ ਇਹਨਾਂ ਦੀ ਪੁਰਾਣੇ ਜਿਹੜੇ ਅਫਸਰ ਸਨ ਜਿਨ੍ਹਾਂ ਦਾ ਲੋਕ ਨਾਲ ਲੈਂਦੇ ਨੇ ਉਹਨਾਂ 'ਤੇ ਫੌਤ ਕੋਈ ਹੋਗੇ ਨਹੀਂ ਮੈਂ ਨਾ ਨਹੀਂ ਲੈਣਾ ਚਾਹੁੰਦਾ ਜਿਹੜਾ ਮਰ ਜਾਣਾ ਚੰਗੀ ਥਾਂ ਤੇ ਚਲਾ ਜਾਂਦਾ ਬਿਲਕੁਲ ਠੀਕ ਹੈ ਤੇ ਇਹਨਾਂ ਲੋਕਾਂ ਦੇ ਘਰਾਂ ਦੇ ਸਟੇਟਸ ਬਦਲ ਗਏ ਨੇ ਇੱਥੇ ਬੜਿਆਂ ਬੜਿਆਂ ਨੂੰ ਆਪਣੇ ਘਰ ਪਾ ਲੈਨੇ ਜਿਨ੍ਹਾਂ ਕੋਲ ਬੱਕਰੀ ਬੰਨਣ ਦੀ ਥਾਂ ਨਹੀਂ ਸੀ ਉਹਨਾਂ ਨੂੰ ਕਨਾਲ ਦਾ ਘਰ ਹੈ ਅੱਤੇ ਇਹੋ ਜੇ ਕੰਮ ਹੋਏ ਪਏ ਨੇ ਅਫਜ਼ਲ ਕਨੂ ਦਾ ਬਾਰ ਬਾਰ ਜ਼ਿਕਰ ਆ ਰਿਹਾ ਕੋਈ ਜ਼ਿਕਰ ਨਹੀਂ ਹੈਗਾ ਝੂਠ ਹੈ ਇਹ ਜਿਨ੍ਹਾਂ ਲੋਕਾਂ ਦੇ ਆਪਣੇ ਵੈਰ ਨੇ ਨਾ ਅਫਜ਼ਲ ਕਨੂ ਨਾਲ ਜਾਂ ਉਹਦੇ ਕਿਸੇ ਤੱਲੇ ਵਾਲੇ ਪੁਲਸਫਰਾਂ ਨਾਲ ਉਹ ਆਪਣੀ ਲੜਾਈ ਅੱਡੇ ਨਾਲ ਮੋੜਨਾ ਚਾਹੁੰਦੇ ਨੇ ਕਿ ਤਾਂ ਕਿ ਉਹ ਅਫਸਰਾਂ ਨੂੰ ਸਫਾਰਿਸ਼ਾਂ ਕਰਾਣ ਕਿ ਜਨਾਬ ਕਨੂ ਨੂੰ ਮਾਰੋ ਉਹ ਆਪਣੀ ਦੁਸ਼ਮਣੀ ਨਿਬੜੇਗਾ ਉਹ ਕੋਈ 2-4-5 ਲੱਖ ਦਾ ਸ਼ੂਟਰ ਜਿਨ੍ਹਾਂ ਮੈਂ ਦੇਖਿਆ ਨਹੀਂ ਅਜੇ ਤੱਕ ਸੋਸ਼ਲ ਮੀਡੀਆ ਤੇ ਦੇਖਿਆ ਤੇ ਮੈਨੂੰ ਤਾਂ ਨਹੀਂ ਲੱਗਦਾ ਕਿ ਦੋ ਚਾ 10 ਵੀ 50 ਲੱਖ 5 ਕਰੋੜ ਲਿਓ ਬੰਦੇ ਮਾਰਦਾ ਫਿਰੇਗਾ ਉਹ ਆਪਣੀ ਅਗਬਦ ਸੇ ਬਦੂ ਬਚਾਏਗਾ ਸੇਕੇਗਾ ਕਿ ਨਵੀਆਂ ਏਦਾਂ ਬਾਲੇਗਾ ਨਵੀਆਂ ਅਗਾ ਬਾਲੇਗਾ ਨਹੀਂ ਨਹੀਂ ਕੋਈ ਕਹਾਣੀ ਨਹੀਂ ਹੈ ਗੋਗੀ ਬਾਟ ਇੱਕ ਬੜਾ ਅਹਿਮ ਕਰਦਾਰ ਹੈ ਬੜਾ ਉਹਨਾਂ ਦਾ ਨਾਂ ਆ ਰਿਹਾ ਹੈ ਤੁਸੀਂ ਕੀ ਕਹਿੰਦੇ ਕਿ ਗੋਗੀ ਬਾਟ ਤੇ ਤੀਫੀ ਬਾਟ ਤੇ ਆਪਸ ਵਿੱਚ ਕਿੰਨੀ ਕੁ ਮੁਹੱਬਤ ਹੈ ਕਿੰਨਾ ਕੁ ਤਾਲੁਕ ਹੈਗਾ ਇਸ ਤੋਂ ਜ਼ਿਆਦਾ ਕੀ ਮੁਹੱਬਤ ਹੋਵੇ ਹਰ ਪਰਚੇ 'ਚ ਗੋਗੀ ਤੀਫੀ ਦਾ ਕੱਟਾ ਹੀ ਨਾ ਹੁੰਦਾ ਜੇ ਇਹਦੀ ਕੀ ਵਜ੍ਹਾ ਹੈ ਰਿਸ਼ਤੇਦਾਰੀ ਹੈ ਨਾ ਦੇ ਇਕੱਠੇ ਘੇੜਦੇ ਰਹੇ ਨੇ ਉਹਨ ਹੁੰਦਾ ਸਾਡੇ ਮੁਲਕ ਚ ਹੈਗਾ ਜੇ ਕਿ ਖਾਨ ਪੀਣ ਨੂੰ ਇਕੱਠੇ ਅੱਛਾ ਠੀਕ ਮੈਨੂੰ ਸਮਝ ਆ ਗਈ ਜੀ ਬਸ ਗੋਗੀ ਬੱਟ ਤੀਫੀ ਬੜ ਦੇ ਅਸ਼ੜ ਤੋਂ ਬਗਾਰ ਰੋਟੀ ਵੀ ਨਹੀਂ ਖਾਂਦਾ ਇਹ ਗੱਲ ਬੱচ্চੂ ਪਹਿਲਵਾਨ ਜੀ ਕਹਿ ਰਹੇ ਨੇ ਕਿ ਪਾਕਿਸਤਾਨ ਚ ਤੀਫੀ ਬੜ ਦੇ ਕਹਿੰਦੇ ਗੋਗੀ ਬੱਟ ਸ਼ੂਟਡ ਤਿਆਰ ਕਰਦਾ ਤੇ ਗੋਗੀ ਬੱਟ ਹੀ ਅਸਲਾ ਮੋਈਆ ਕਰਦਾ ਤੁਸੀਂ ਕੀ ਕਹਿੰਦੇ ਬੱচ্চੂ ਪਹਿਲਵਾਨ ਦੇ ਇੱਕ ਦੋ ਇੰਟਰਵਿਊ ਸੁਨੇ ਨੇ ਤੁਹਾਡੇ ਨਾਲ ਵੀ ਤੇ ਕੁਝ ਹੋਰ ਲੋਕਾਂ ਨਾਲ ਵੀ ਤੇ ਉਹਦੇ ਚੋਂ ਆਪ ਕਹਿੰਦਾ ਪਿਆ ਕਿ ਉਹਦਾ ਫੈਮਿਲੀ ਬੈਕਗਰਾਉਂਡ ਐਂਜੇ ਪੈਂਚਰਾਂ ਦੀ ਦੁਕਾਨ ਸੀ ਇਹ ਉਹ ਇਹ ਐਸਾ ਕਿਹੜਾ ਕਾਰੋਬਾਰ ਹੈ ਮੇਰੇ ਕੋਲ ਤਾਂ ਨਹੀਂ ਹੋਇਆ ਮੈਨੂੰ 36ਵਾਂ ਸਾਲ ਹੈ ਕਾਰੋਬਾਰ ਕਰਦੇ ਨੂੰ ਤੇ ਮੇਰੇ ਕੋਲ ਤਾਂ ਇਹ ਰੁਪਈਏ ਨਹੀਂ ਹੈ ਮੈਂ ਗਨਮੈਨ ਕੀ ਮੈਂ ਡਰਾਈਵਰ ਨਹੀਂ ਰੱਖ ਸਕਦਾ ਹੂੰ ਤੁਸੀਂ ਕਮਾਲ ਹੈ ਕਿੰਨੀ ਦੇਰ ਹੋ ਗਈ ਹੈ ਸਾਫਤ ਵਿੱਚ ਮੈਨੂੰ ਤਕਰੀਬਨ 8 ਸਾਲ ਹੋ ਗਏ ਨੇ 8 ਸਾਲ ਦੇ ਵਿੱਚ ਕਿੰਨੀਆਂ ਗੱਡੀਆਂ ਨੇ ਤੁਹਾਡੇ ਕੋਲ ਗੱਡੀ ਨਹੀਂ ਬਾਈਕ ਹੈ ਵਾਸਤੇ ਕੋਈ ਤਾਂ ਫਿਰ ਲਾ ਲਓ ਸਾਹਿਬ ਫਿਰ ਜਦੋਂ ਉਹ ਸਾਰੀਆਂ ਗੱਲਾਂ ਮੇਰੇ ਕੋਲੋਂ ਕੋਹਾ ਕੇ ਤੇ ਮੇਰੇ ਨਾਲ ਕਿਸੇ ਦੀ ਮੁਖਾਲਫਤ ਪਾਉਣੀ ਮੈਂ ਇੱਜ਼ਤ ਨਾਲ ਜੀ ਰਿਹਾ ਤੁਸੀਂ ਚਾਹਦੇ ਮੈਂ ਵੀ ਪੁਲਸਾਂ ਨੂੰ ਪੈਸੇ ਦਿਆਂ ਵਕੀਲਾਂ ਨੂੰ ਪੈਸੇ ਦਿਆਂ ਉਤੋਂ ਬੰਦੂਕਾਂ ਖਰੀਦਾਂ ਨਹੀਂ ਮੈਨੂੰ ਹਵਾਈ ਫਾਇਰ ਕੀਤਾ ਇਹਨੂੰ ਕਮਸ ਕਮ 15 ਸਾਲ ਹੋ ਗਏ ਨੇ ਇੱਕ ਸ਼ਾਦੀ ਦੇ ਕੀਤੇ ਸੀ ਦੋ ਉਹ ਪਿਸਤੌਲ ਫਸ ਗਿਆ ਸੀ ਦੁਬਾਰਾ ਅਜੇ ਤੱਕ ਨਹੀਂ ਕੀਤਾ ਪਿਸਤੌਲ ਫਸਣ ਦੀ ਵਜ੍ਹਾ ਤੋਂ ਨਹੀਂ ਕੀਤਾ ਨਹੀਂ ਤੇ ਲੋਡ ਹੀ ਨਹੀਂ ਵੀ ਮੈਂ ਕਿਹਾ ਪਰ ਦਫਾ ਕਰੋ ਗੋਗੀ ਬੜੇ ਗ੍ਰਿਫਤਾਰ ਹੋ ਗਿਆ ਨਹੀਂ ਔਥੈਂਟਿਕ ਰਿਪੋਰਟ ਹੈਗੀ 1000% ਉਹ ਗੋਗੀ ਬਟ ਦੀ ਮਾਲਿਸ਼ ਲਈ ਪੁਲਿਸ ਨੇ ਫੜਦਾ ਸੀ ਉਹਨੂੰ ਜਿਹੜੀ ਮਾਲਿਸ਼ ਕਰਨੀ ਸੀ ਦਸੋ ਨਾ ਮੈਨੂੰ ਐਨੀ ਦੇਰ ਤੋਂ ਸੁਣ ਰਿਹਾ ਪੰਜੀ ਦਿਨ 30 ਦਿਨ ਹੋ ਗਏ ਨੇ ਗੋਗੀ ਫੜਿਆ ਗਿਆ ਗੋਗੀ ਫੜਿਆ ਗਿਆ ਤੇ ਐਨੀ ਦੇਰ ਪੁਲਿਸ ਉਹਦੀ ਮਾਲਿਸ਼ ਕਰਦੀ ਪਈ ਉਹਦੀ ਪਿੰਨੀਆਂ ਮਲਦੀ ਪਈ ਫੜਿਆ ਹੁੰਦਾ ਤੇ ਤਿੰਨ ਚਾਰ ਪੰਜ ਦਿਨ ਬਾਅਦ ਪ੍ਰੈਸ ਕਾਨਫਰੈਂਸ ਉਹ ਕਿਹੜਾ ਮੌਕੇ ਤੇ ਸ਼ੂਟਿੰਗ ਕਰਦਾ ਪਿਆ ਗੋਗੀ ਪਟ ਇਹਦਾ ਮੈਂ گرفتار ਨਹੀਂ ਇੱਕ ਝੂਠੀਆਂ ਖਬਰਾਂ ਨੇ ਜੀ ਵੀ ਸਭ ਸਾਬ ਐਵੇਂ ਬਸ ਮਸਾਲਾ ਵੇਚਣ ਲਈ ਉਦਾਂ ਹੀ ਭੱਲੇ ਵੇਚਣ ਲਈ ਥੋੜਾ ਜਿਹਾ ਮਸਾਲਾ ਤੇਜ਼ ਕਰਦੇ ਪਏ ਨੇ ਗੋਗੀ ਪਟ ਨਹੀਂ ਜਿਹੜੇ ਕਹਿ ਰਹੇ ਨੇ ਆਹੋ ਮਸਾਲਾ ਕਰ ਰਹੇ ਨੇ ਲੇਕਿਨ ਅਸੀਂ ਮਸਾਲਾ ਨਹੀਂ ਵੇਚ ਰਹੇ ਨਹੀਂ ਨਹੀਂ ਸਿੱਧੀ ਗੱਲ ਗੱਲ ਕਰੋ ਸਿੱਧੀ ਕਰੋ ਨਹੀਂ ਤੇ ਨਾ ਕਰੋ ਨਹੀਂ ਤੁਸੀਂ ਬਹੁਤ ਜ਼ਿਆਦਾ ਸਿੱਧੀਆਂ ਕਰ ਗਏ ਉਹਨਾਂ ਨੇ ਸਿੱਧੀਆਂ ਹੀ ਕਰਨੀਆਂ ਤੇ ਨਾ ਪੁੱਛੋ ਮੈਨੂੰ ਨਹੀਂ ਪੁੱਛਾਂਗੇ ਤੇ ਸਹੀ ਮਜਬੂਰੀ ਹੈ ਨਾ ਪੁੱਛੋ ਮੈਨੂੰ ਕਿਹੜਾ ਮਸਲਾ ਨਾਜ਼ਰੀਨ ਜਾਵੇਂ ਕਿ ਤੁਸੀਂ ਦੇਖਿਆ ਕਿ ਸ਼ਾਹ ਜੀ ਨੇ ਪੂਰਾ ਜਲਾਲ ਜਾ ਕੇ ਇਹਨਾਂ ਨੇ ਇੰਟਰਵਿਊ ਦਿੱਤਾ ਤੇ ਇਹਨਾਂ ਨੇ ਕਿਸੇ ਪਾਸੋਂ ਨਾ ਗੱਲ ਰੱਖੀ ਲਈ ਕਿਉਂਕਿ ਇਹਨਾਂ ਦੇ ਬਾਰੇ ਮਸ਼ਹੂਰ ਹੈ ਕਿ ਇਹ ਬੇਦੜ ਘੋਕੇ ਤੇ ਸੱਚੀ ਗੱਲ ਕਰਦੇ ਨੇ ਤੇ ਸਾਨੂੰ ਸੱਚਾ ਬੰਦਾ ਚਾਹੀਦ ਹੁੰਦਾ ਕਿਉਂਕਿ ਸਾਡੇ ਜਿਹੜੇ ਈਵਰ ਨੇ ਉਹ ਸੱਚ ਸੁਣਾ ਪਸੰਦ ਕਰਦੇ ਨੇ ਤੇ ਤੁਹਾਨੂੰ ਸਾਡਾ ਇੰਟਰਵਿਊ ਕੈਸਾ ਲੱਗਿਆ ਅਗਰ ਤੁਹਾਨੂੰ ਕੋਈ ਗੱਲ ਨਹੀਂ ਸਮਝ ਆ ਰਹੀ ਅਗਰ ਤੁਸੀਂ ਸ਼ਾਹਜੀ ਕੋਲ ਕੁਝ ਪੁੱਛਣਾ ਚਾਹੁੰਦੇ ਹੋ ਤੇ ਕਮੈਂਟਸ ਕਰੋ ਅਸੀਂ ਸ਼ਾਹਜੀ ਕੋਲ ਉਹਦਾ ਜਵਾਬ ਲੈ ਕੇ ਦੇਾਂਗੇ ਜਿਵੇਂ ਹੀ ਇਸ ਕੇਸ ਦੇ ਵਿੱਚ ਕੋਈ ਨਵੀਂ ਅਪਡੇਟ ਆਏਗੀ ਅਸੀਂ ਫਿਰ ਸ਼ਾਹਜੀ ਕੋਲ ਲਾਵਾਂਗੇ ਤੇ ਅਪਡੇਟ ਦੇ ਬਾਰੇ ਜ਼ਿਕਰ ਕਰਾਂਗੇ ਤੇ ਸ਼ਾਨ ਪਾਕਿਸਤਾਨ ਦੇਖਦੇ ਰਹੋ ਮੈਨੂੰ ਤੇ ਸ਼ਾਹਜੀ ਨੂੰ ਦੋ ਇਜਾਜ਼ਤ ਅੱਲਾਹ ਹ